ਸੋਈ ਜਾਬ ਕਹਿੰਦੇ ਮੈਂਨੇ ਸਾਲ ਥੀਏਟਰ ਕੀਤਾ ਮੈਂ ਆਹ ਮਿਹਨਤ ਕੀਤੀ ਰਾਣਾ ਜੀ ਕਹਿੰਦੇ ਜੀ ਮੈਂ ਵੀ ਥੀਏਟਰ ਕੀਤਾ ਮੈਂ ਪੜਿਆ ਮੈਂ ਆਹ ਕੀਤਾ ਹੁਣ ਬੰਦਾ ਕਹਿੰਦਾ ਯਾਰ ਇਹ ਤੁਸੀਂ ਕਿਹੜੇ ਜਮਨ ਦੇ ਬੰਦੇ ਹੋ ਹੁਣ ਤਾਂ ਕਰਨੀ ਲੋੜ ਨਹੀਂ ਸੋਸ਼ਲ ਮੀਡੀਆ ਤੇ ਇੱਕ ਗੱਲ ਐਸੀ ਪਾਉਣੀ ਐਸੀ ਗੱਲ ਫਲਾਉਣੀ ਐ ਤੁਸੀਂ ਓਵਰਨਾਈਟ ਸਟਾਰ ਹੋਨੇ ਹੋ ਇੱਕ ਬੰਦੇ ਦੀ ਆਡੀਓ ਕਾਲ ਵੈਲ ਹੋਈ ਕੀ ਬੈਰਲ ਹੋਈ ਕਿਸੇ ਅਦਰ ਲੇਡੀ ਨਾਲ ਉਹ ਗੱਲਾਂ ਕਰ ਰਿਹਾ ਮਤਲਬ ਕਿਸੇ ਦੀ ਵਾਈਫ ਨਾਲ ਗਲਤ ਗੱਲਾਂ ਕਰ ਰਿਹਾ ਤੇ ਦੂਜੇ ਦਿਨ ਉਹ ਬੰਦਾ ਸਟਾਰ ਬਣ ਜਾਂਦਾ ਹੈ ਅਤ ਦੇਖੋ ਕਿੰਨਾ بڑا ਸਰਟੀਫਿਕੇਟ ਹੈ ਅੱਜ ਤੁਸੀਂ ਕੋਈ ਗਲਤ ਕੰਮ ਕਰ ਲਓ ਸੋਸ਼ਲ ਮੀਡੀਆ ਤੇ ਨੂੰ ਪ੍ਰਚਾਰ ਦਿਓ ਤੁਸੀਂ ਨੰਗੇ ਹੋ ਕੇ ਨੱਚਣ ਲੱਜੋ ਸੋਸ਼ਲ ਮੀਡੀਆ ਤੇ ਤੁਸੀਂ ਕੱਲ ਨੂੰ ਸਟਾਰ ਹੋ ਤੇ ਉਹ ਲੋਕ ਲੋਕ ਤੁਹਾਨੂੰ ਫੋਰਨ ਕੰਟਰੀ ਚ ਬਣਾਉਂਦੇ ਨੇ ਲੋਕ ਤੁਹਾਡੇ ਸ਼ੋਅ ਲਾਉਂਦੇ ਨੇ ਲੋਕ ਤੁਹਾ ਤੋਂ ਦਗਾਟ ਨ ਕਰਾਉਂਦੇ ਨੇ ਮਤਲਬ ਉਹਦੀ ਉਹਦੀ ਕੰਟਰੀਬਿਊਸ਼ਨ ਕੀ ਹੈ ਯਾਰ ਜੇ ਤੁਸੀਂ ਓਵਰਨਾਈਟ 스타 ਬਣਾਤਾ ਉਹ ਵਿਚਾਰੇ ਇਨੋਸੈਂਟ ਲੋਕ ਸੀ ਉਹਨਾਂ ਨੂੰ ਇੱਥੋਂ ਪ੍ਰੋਬਲਮ ਸੀਗੀ ਤੁਸੀਂ ਉਹਨਾਂ ਦੀ ਇਨੋਸੈਂਸ ਨੂੰ ਆਪਣੇ ਤਰੀਕੇ ਨਾਲ ਵਰਤ ਕੇ ਪਿੱਛੇ ਤਾਕਤ ਤਾਂ ਕੋਈ ਹੋਰ ਕੰਮ ਕਰਦੀ ਹੈ ਤੁਸੀਂ ਕਹਿੰਦਾ ਜੀ ਸਾਡੇ 스타 ਇਹ ਨਹੀਂ ਫਿਰ ਬੰਦਾ ਅੱਜ ਦੇ ਟਾਈਮ ਤੇ ਮਿਹਨਤ ਕਿਉਂ ਕਰੂਗਾ ਕਿਉਂ ਚੰਗੀ ਫਿਲਮ ਬਣਾਊਗਾ ਕਿਉਂ ਚੰਗਾ 스타 ਬਣੂਗਾ ਕਿਉਂ ਚੰਗਾ ਸਿੰਗਰ ਬਣੂਗਾ ਕਿਉਂ ਚੰਗਾ ਡਾਂਸਰ ਬਣੂਗਾ ਕਿਉਂ ਚੰਗਾ ਰਾਈਟਰ ਬਣੂਗਾ ਅਗਲਾ ਕਹਿੰਦਾ ਮਸ਼ਹੂਰੀ ਤਾਂ ਇਸ ਕੰਮ 'ਚ ਪਈ ਹੈ ਫਲਾਣਾ ਕਲਾਕਾਰ ਫੌਜੀ ਬਣਿਆ ਸੀ ਫਿਲਮ ਚ ਫਲਾਣੇ ਕਲਾਕਾਰ ਨੇ ਫਲਾਣੇ ਗੀਤ ਦੇ ਵਿੱਚ ਰਫਲ ਚੱਕੀ ਸੀ ਹੁਣ ਉਹ ਬਾਰਡਰ ਤੇ ਜਾਵੇ ਯਾਰ ਇਹ ਕਲਾਕਾਰਾਂ ਦਾ ਕੰਮ ਲੈਣਾ ਕਲਾਕਾਰਾਂ ਦਾ ਕੰਮ ਤਾਂ ਮੋਟੀਵੇਟ ਕਰਨਾ ਹੁੰਦਾ ਕਿਸਾਨ ਦਾ ਕੰਮ ਤਾਂ ਫਸਲ ਵੇਚਣਾ ਹੈ ਕਲਾਕਾਰਾਂ ਦੇ ਉੱਤੇ ਜ਼ਿੰਮੇਵਾਰੀਆਂ ਐ ਪਾ ਦਿੱਤੀ ਜਾਂਦੀ ਐ ਕਿ ਹੁਣ ਸਾਰੀ ਧਰਤੀ ਦਾ ਭਾਰ ਕਲਾਕਾਰ ਚੁੱਕਣਗੇ ਜਿੜਦਾ ਮੈਨੂੰ ਬੰਦਾ ਪੁੱਛ ਰਿਹਾ ਉਹ ਤੇਰੀ ਔਕਾਤ ਕੀ ਐ ਕੋਈ ਤੇ ਸਰਦਾਰ ਤੋਂ ਹੀ ਇਹ ਨਹੀਂ ਰਿਸਪੈਕਟ ਹਾਸਲ ਕਰ ਰਿਹਾ ਹੈ ਦੂਜੇ ਪਾਸੇ ਇੱਕ ਬੰਦਾ ਪੈਂਦੀ ਸੱਟੇ ਮੈਨੂੰ ਮੇਰੀ ਔਕਾਤ ਦਿਖਾਉਂਦਾ ਹੈ ਤੋਂ ਉੱਥੇ ਫਿਰ ਹਰਟ ਅੰਦਰੋਂ ਵੀ ਲੱਖ ਲਣ ਤਾਂ ਮੈਂ ਕਿਉਂ ਇਹ professions 'ਚ ਆ ਗਿਆ ਯਾਰ ਕਹਿੰਦੇ ਸਭ ਤੋਂ ਵੱਧ ਜੇ ਪੜਿਆ ਜਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੁਨੀਆ ਤੇ ਪੜਿਆ ਜਾ ਰਿਹਾ ਪਰ ਸਭ ਤੋਂ ਘੱਟ ਅਮਲ ਜੇਕਰ ਕੀਤਾ ਜਾ ਰਿਹਾ ਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਹੈ ਤੁਸੀਂ ਇਹ ਮੰਨਦੇ ਹੋ ਪਰ ਨਾਲ ਵੀ ਗਲਤੀ ਤਾਂ ਸੱਚੀ ਬਹੁਤ ਜ਼ਿਆਦਾ ਹੈ ਮੰਨਣਾਂ ਦੀ ਗਲਤੀ ਘੱਟ ਹੈ ਅਸੀਂ ਗੁਰਬਾਣੀ ਨੂੰ ਆਪਣੇ ਅਨੁਸਾਰ ਵਰਤਿਆ ਜਿਹੜੀ ਚੀਜ਼ ਸਾਨੂੰ ਫਿੱਟ ਲੱਗਦੀ ਹੈ ਉਹ ਅਸੀਂ ਵਰਤ ਲਈ ਜਿਹੜੀ ਉਹ ਤੇ ਪਹਿਲਾ ਲੀ ਪੰਕਤੀ ਹੈ ਕਿਤੀ ਹੈ ਦੁੱਖ ਭੂਕਸਾਦ ਮਾਰ ਉਹ ਨਹੀਂ ਜ਼ਿੰਦਗੀ ਜੇ ਤੁਹਾਨੂੰ ਮਿਲੀ ਹੈ ਨਾ ਜੀਉਣ ਲਈ ਮਿਲੀ ਹੈ ਜਿਹੜੇ ਅੱਜ ਦੇ ਪਲ ਨੇ ਉਹਨਾਂ ਨੂੰ ਹਣਾਉਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਨਹੀਂ ਹੈਗੀਆਂ ਜਿਹੜੀਆਂ ਚੀਜ਼ਾਂ ਤੁਸੀਂ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਪਿੱਛੇ ਦੁਖੀ ਨਹੀਂ ਹੋਣਾ ਅੱਜ ਕੱਲ ਦੇ ਬਹੁਤੇ ਪ੍ਰਚਾਰਕ ਤਾਂ ਕੁਰਤੇ ਦੀ ਕਰੀਜ ਤੱਕ ਨਹੀਂ ਟੁੱਟਣ ਦਿੰਦੇ ਵਿਚਾਰਕ ਦਾ ਕੰਮ ਹੈ ਪ੍ਰਚਾਰ ਕਰਨਾ ਉਹ ਜੇ ਉਹ ਸਹੀ ਪ੍ਰਚਾਰ ਨਹੀਂ ਕਰਦਾ ਤਾਂ ਉਹਦੇ ਲਈ ਬਹੁਤ ਮਾੜੀ ਗੱਲ ਹੈ ਤਾਂ ਉਹਨੂੰ ਪ੍ਰਚਾਰਕ ਹੋਣ ਦਾ ਕੋਈ ਹੱਕ ਨਹੀਂ ਜੇ ਪੁਲਿਸ ਵਾਲੇ ਨੇ ਵਰਦੀ ਪਾ ਲਈ ਚੌਂਕ 'ਚ ਖੜ ਗਿਆ ਹੋ ਜੇ ਫਿਰ ਵੀ ਡਿਊਟੀ ਨਹੀਂ ਕਰਦਾ ਫਿਰ ਮਾੜੀ ਗੱਲ ਹੈ ਫਿਰ ਇਹਦੇ ਨਾਲ ਵਰਦੀ ਨਹੀਂ ਪਾਉਂਦਾ ਇਹਦੇ ਨਾਲ ਘਰ ਹੀ ਨਾ ਆਉਂਦਾ ਜਿਹੜੇ ਪ੍ਰਚਾਰਕ ਨੇ ਉਹ ਸਿਰਫ ਧਰਮ ਪ੍ਰਚਾਰ ਕਰਨਗੇ ਜਿਹੜੇ ਕਲਾਕਾਰ ਨੇ ਉਹ ਇਹੋ ਜਿਹੇ ਫਿਲਮਾਂ ਬਣਾਉਣਗੇ ਇਸ ਤਰ੍ਹਾਂ ਅਰਦਾਸ ਕਰਾਂ ਸੀ ਉਹਨਾਂ ਦੇਖ ਕੇ ਕਿੰਨੇ ਲੋਕਾਂ ਦਾ ਜੀਵਨ ਬਦਲਿਆ ਸਾਡਾ ਖੁਦ ਦਾ ਬਦਲਿਆ ਤੇ ਫਿਲਮ ਕਿੰਨੇ ਲੋਕਾਂ ਨੂੰ ਜੀਣਾ ਸਿਖਾ ਰਹੀ ਸੀ ਹੁਣ ਉਹ ਕੰਮ ਪ੍ਰਚਾਰਕ ਨਹੀਂ ਕਰ ਸਕਦੇ ਅਰਦਾਸ ਸਰਬੱਤ ਦੇ ਭਲੇ ਦੀ ਜਦੋਂ ਇਹ ਸ਼ਬਦ ਅਸੀਂ ਸੁਣਦੇ ਆਂ ਤੇ ਇਨ੍ਹਾਂ ਸ਼ਬਦਾਂ ਦੇ ਵਿੱਚ ਆਪਣੇ ਆਪ 'ਚ ਦੁਨਿਆਵੀ ਪੱਧਰ ਦੇ ਉੱਤੇ ਵੀ ਔਰ ਜਿਨ੍ਹਾਂ ਦੀ ਆਸਥਾ ਜੁੜੀ ਹੈ ਉਹ ਵੀ ਇਸ ਦੇ ਨਾਲ ਮੁਹੱਬਤ ਕਰਦੇ ਆ ਕਿਉਂਕਿ ਅਰਦਾਸ ਨੇ ਪਹਿਲਾਂ ਸਾਨੂੰ ਬਹੁਤ ਕੁਝ ਦਿਖਾਇਆ ਵੀ ਹੈ ਫਿਲਮ ਦੇ ਰੂਪ 'ਚ ਤੀਜੇ ਇਸ ਪੜਾਅ ਦੇ ਵਿੱਚ ਕਿਹੜੀਆਂ ਗੱਲਾਂ ਹੋਣਗੀਆਂ ਜਿਹੜੀਆਂ ਬਾਕੀ ਰਹਿ ਗਈਆਂ ਸੀ ਸਾਰੀਆਂ ਗੱਲਾਂ ਔਰ ਅਹਿਮ ਕਿਰਦਾਰ ਇੱਕ ਇੱਕ ਪਾਤਰ ਆ ਜਿਹੜਾ ਇਸ ਫਿਲਮ ਦਾ ਸਾਨੂੰ ਅਹਿਮ ਇਸ ਕਰਕੇ ਲੱਗਦਾ ਕਿਉਂਕਿ ਕੜੀ ਦੇ ਦਰ ਕੜੀ ਜੋੜਦਾ ਹੈ ਹਰੇਕ ਦੇ ਦੁੱਖ ਦਰਦ ਵੀ ਆ ਉਸ ਵਿੱਚ ਹਾਸੇ ਵੀ ਨੇ ਥੋੜੀ ਜੀ ਆਸ ਵੀ ਬਜਦੀ ਹੈ ਉਸ ਦੇ ਵਿੱਚੋਂ ਜਿਹੜੇ ਗਲਤ ਕਦਮ ਚੁੱਕਣ ਵਾਲੇ ਪਾਸੇ ਜਾਂਦੇ ਆ ਖਾਸ ਕਰਕੇ ਜ਼ਿੰਦਗੀ ਖਤਮ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਅਹਿਮ ਕਿਰਦਾਰ ਮੇਰੇ ਨਾਲ ਸਰਦਾਰ ਸੋਹੀ ਸਾਹਿਬ ਬੈਠੇ ਆ ਰਾਣਾ ਜੰਗ ਬਹਾਦਰ ਜੀ ਬੈਠੇ ਆ ਅਲਕੀਤ ਰਾਣੀ ਜੀ ਬੈਠੇ ਆ ਸਾਡੇ ਨਾਲ ਅਸੀਂ ਇਹਨਾਂ ਸਾਰਿਆਂ ਨਾਲ ਗੱਲਬਾਤ ਕਰਾਂਗੇ ਕਿ ਇਸ ਸਰਬੱਤ ਦੇ ਭਲੇ ਦੇ ਨਾਲ ਅਰਦਾਸ ਕਿਵੇਂ ਅੱਗੇ ਵਧੇਗੀ ਸਭ ਤੋਂ ਪਹਿਲਾਂ ਸੋਈ ਸਾਹਿਬ ਇਸ ਫਿਲਮ ਨੇ ਪਹਿਲਾਂ ਸਾਨੂੰ ਜੋ ਕੁਝ ਸਾਰਿਆਂ ਨੂੰ ਦਿੱਤਾ ਪਰ ਇਸ ਤੀਜੇ ਪੜਾਅ ਦੇ ਵਿੱਚ ਖਾਸ ਤਰ੍ਹਾਂ ਦੀ ਭਾਵਨਾ ਕੀ ਚੱਲ ਰਹੀ ਹੈ ਮਨੰਦਰ ਇਹ ਚ ਖਾਸ ਤਰ੍ਹਾਂ ਦੀ ਭਾਵਨਾ ਇਹ ਹੈ ਕਿ ਆ ਟਾਈਟਲ ਹੈ ਜਿਹੜਾ ਅਰਦਾਸ ਸਰਬੱਤ ਦੇ ਭਲੇ ਦੀ ਜੀ ਦੁਨੀਆ 'ਚ ਮੈਂ ਨਹੀਂ ਕੋਈ ਹੋਰ ਧਰਮ ਜਾਣਦਾ ਜਿਹੜਾ ਸਰਵਤ ਦਾ ਭਲਾ ਮੰਗਦਾ ਹੋਵੇ ਇਹ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਹੈ ਅਰਦਾਸ ਸਰਵਤ ਦੇ ਭਲੇ ਦੀ ਉਹ ਜਦੋਂ ਸਰਵਤ ਦੇ ਭਲੇ ਦੀ ਗੱਲ ਆਉਂਦੀ ਹੈ ਜਦੋਂ ਇੱਕ ਤੇ ਇੱਕ ਆਵਾਜ਼ ਉੱਠਦੀ ਹੈ ਮੇਰਾ ਭਲਾ ਕਰੀ ਦੋ ਬਾਦਾਂ ਉੱਠਦੀਆਂ ਮੇਰਾ ਭਲਾ ਕਰੀ ਮੇਰਾ ਕਰੀ ਕਿੱਥੇ ਹਜ਼ਾਰਾਂ ਲੱਖਾਂ ਆਵਾਜ਼ਾਂ ਇਕੱਠੀਆਂ ਉੱਪਰ ਵਾਲੇ ਦਾ ਦਰਵਾਜ਼ਾ ਖੜਕਣਾਉਂਦੀਆਂ ਨੇ ਕਿ ਸਾਡੀ ਸੁਣ ਲੈ ਫਿਰ ਲਾਜ਼ਮੀ ਹੈ ਉੱਪਰ ਵਾਲਾ ਵੀ ਮਜਬੂਰ ਹੋ ਜਾਂਦਾ ਹੈ ਇਹ ਗੱਲ ਸੁਣਨ ਵਾਸਤੇ ਕਿ ਮੇਰੇ ਤੇ ਇੰਨਾ ਵਿਸ਼ਵਾਸ ਰੱਖਣ ਵਾਲੇ ਬੰਦੇ ਬਿਠੇ ਆ ਥਲੇ ਇਨਸਾਨ ਬਿਠੇ ਆ ਜਿਹੜੇ ਮੈਂ ਭੇਜਿਆ ਦੁਨੀਆ ਤੇ ਮੇਰੇ ਤੇ ਇੰਨਾ ਵਿਸ਼ਵਾਸ ਰੱਖਦੇ ਆ ਤਾਂ ਮੈਂ ਉਹਨਾਂ ਦਾ ਕੰਮ ਨੇ ਪ੍ਰੇਰ ਲਾਵਾਂ ਇਹ ਬਹੁਤ ਵੱਡਾ ਮੈਸੇਜ ਹੈ ਤੁਸੀਂ ਜਦੋਂ ਸਰਬੱਤ ਦੇ ਭਲੇ ਦੀ ਗੱਲ ਕਰੋਗੇ ਉਦੋਂ ਤੁਹਾਡਾ ਨਿੱਜ ਖਤਮ ਹੋ ਜਾਂਦਾ ਆ ਆਪਦੇ ਵਾਸਤੇ ਨਹੀਂ ਮੰਗਦੇ ਤੁਸੀਂ ਸਾਰਿਆਂ ਵਾਸਤੇ ਮੰਗਦੇ ਹੋ ਇਹ ਬਹੁਤ ਗ੍ਰੇਟਨੈਸ ਹੈ ਇਹ ਬਹੁਤ ਵੱਡਾ ਪਣਾ ਸਾਡੇ ਇਸ ਵੱਡੇ ਪਣ ਦਾ ਤੇ ਫਰਾਕ ਦਿਲੀ ਦਾ ਕਈ ਵਾਰੀ ਦੁਨੀਆ ਪੱਦਰ ਤੇ ਝਾਤ ਮਾਰਦੇ ਨਾਲੇ ਦਵਾਲੇ ਜਿਹੜੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਦੇ ਆ ਮੰਗਦੇ ਵੀ ਆ ਕਰਦੇ ਵੀ ਆ ਭਲਾ ਪਰ ਜਦੋਂ ਉਹਨਾਂ ਦੇ ਭਲੇ ਦੀ ਗੱਲ ਆਉਂਦੀ ਹੈ ਉਦੋਂ ਤੁਹਾਨੂੰ ਨਹੀਂ ਲੱਗਦਾ ਕਿ ਵੱਡੇ ਪੱਦਰ ਦੇ ਉੱਤੇ ਵਿਤਕਰੇ ਦਾ ਵੀ ਸ਼ਿਕਾਰ ਹੋ ਰਹੇ ਆ ਸੀ ਦੁਨੀਆ ਭਰ ਚ ਆ ਵਿਤਕਰਾ ਤਾਂ ਦੇਖੋ ਜਿਹੜੀਆਂ ਸਿਆਸਤਾਂ ਨੇ ਉਹ ਉਹ ਕਰਦੀ ਜਾਂਦੀਆਂ ਨੇ ਸਿਆਸੀ ਬੰਦੇ ਕਿਸੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਹੈ ਕਿ ਅੰਦਰੋਂ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਘਰ ਤਾਂ ਪਰ ਜਿਹੜੀ ਮੈਂ ਹੁੰਦੀ ਹੈ ਨਾ ਬਾਹਰੀ ਲੋਕਾਂ ਦੇ ਦੂਜਿਆਂ ਚ ਜਿੱਥੇ ਉਹ ਫੁੱਟਾਂ ਪਾ ਕੇ ਜਿੱਥੇ ਉਹ ਖਿਲਾਫ ਬੋਲ ਕੇ ਜਾਉਂ ਕਰਕੇ ਉਹ ਵੋਟਾਂ ਮੋਟੋਰਦੇ ਨੇ ਉਹਨਾਂ ਤੋਂ ਬਿਨਾਂ ਵਿਤਕਰਾ ਕ੍ਰੀਏਟ ਕੀਤੇ ਰਾਜ ਹੀ ਨਹੀਂ ਹੋ ਸਕਦਾ ਉਹਨਾਂ ਇੱਕ ਦੇ ਰਾਜ ਕਰਨਗੇ ਜਿੰਨੀ ਦੇਰਾਂ ਵਿਤਕਰਾ ਚੱਲਦਾ ਰਹੂਗਾ ਜੀ ਤੇ ਜਦੋਂ ਵਿਤਕਰਾ ਖਤਮ ਹੋ ਗਿਆ ਉਹਨਾਂ ਦਾ ਰਾਜ ਨਾਲ ਹੀ ਜਾਊਗਾ ਉਹ ਉਹਨਾਂ ਦੀ ਪਾਵਰ ਨਾਲ ਹੀ ਖਤਮ ਹੋ ਜਾਊਗੀ ਔਰ ਮੈਂ ਪਰਮਾਤਮਾ 'ਗੇ ਅਰਦਾਸ ਕਰਦਾ ਕਿ ਇਹ ਵਿਤਕਰੇ ਜਲਦੀ ਖਤਮ ਹੋਣ ਤੇ ਇਹੋ ਜੀ ਵਿਤਕਰਾ ਰੱਖਣ ਵਾਲੇ ਉਹ ਪਰਮਾਤਮਾ ਦੇ ਪਾਸੇ ਲਾਵੇ ਉਹਨਾਂ ਨੂੰ ਜੀ ਰਾਣਾ ਜੀ ਤੁਹਾਡੇ ਵੀ کردار ਨੂੰ ਇਸ ਕਰਕੇ ਘਟਾ ਕੇ ਤਾਂ ਨਹੀਂ ਕਹਾਂਗੇ ਕਿ ਦੇਖਿਆ ਜਾਵੇ ਕਿਉਂਕਿ ਦੇਖਿਆ ਜਾ ਵੀ ਨਹੀਂ ਸਕਦਾ ਕਿਉਂਕਿ ਇਸ ਫਿਲਮ ਦੇ ਵਿੱਚ ਜਦੋਂ ਟੀਜ਼ਰ ਵੀ ਹੁੰਦਾ ਨਾ ਤੇ ਤੁਹਾਡਾ ਇੱਕ ਸੀਨ ਜਿਹੜਾ ਉਹ ਸਾਰਿਆਂ ਨੂੰ ਗਲਵਕੜੀ ਪਾਉਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਧਰਮਾਂ ਦੇ ਨਾਂ ਦੇ ਉੱਤੇ ਇੱਕ ਦੂਜੇ ਨੂੰ ਵੱਢਣ ਤੱਕ ਤਾਂ ਜਾਣੇ ਆ ਸਾਰੇ ਪਾਸੇ ਪਰ ਜਦੋਂ ਇਸ ਤਰ੍ਹਾਂ ਦੀ ਫਿਲਮ ਦੇ ਵਿੱਚ ਜਰੀਏ ਸਨੇਹੇ ਸਾਡੇ ਤੱਕ ਪੁੱਜਦੇ ਆ ਉਹ ਕਿਤਨਾ ਕਿਤੇ ਸਾਨੂੰ ਹੌਸਲਾ ਵੀ ਦਿੰਦੇ ਆ ਆਸ ਵੀ ਭਜਾਉਂਦੇ ਆ ਕਿ ਨਹੀਂ ਸਾਰੇ ਪਾਸੇ ਮਾੜਾ ਨਹੀਂ ਕਿਦਰੇ ਚੰਗਾ ਵੀ ਹੋ ਰਿਹਾ ਹੋਊਗਾ ਉਹ ਹੀ ਨਾ ਜਦੋਂ ਕਿੰਨੇ ਲੋਕ ਆਪਣੇ ਵਿਚਾਰ ਦੱਸਦੇ ਨੇ ਜੀ ਕਿ ਧਰਮ ਜਿਹੜਾ ਹੈ ਨਾ ਇੱਕ ਦੂਜੇ ਨੂੰ ਆਪਣੇ ਤੋੜਦਾ ਜੋੜਦਾ ਨਹੀਂ ਹੈ ਪਰ ਉਹ ਸੀਨ ਜਿਹੜੇ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸੀਨ ਇਹਦਾ ਸਬੂਤ ਹੈ ਕਿ ਧਰਮ ਇੱਕ ਦੂਜੇ ਨਾਲ ਜੋੜਦਾ ਹੈ ਤੋੜਦਾ ਨਹੀਂ ਹੈ ਤੇ ਉਹਨੂੰ ਦੇਖ ਕੇ ਵੀ ਫੀਲਿੰਗ ਇਹ ਇੱਕ ਅਲੱਗ ਆਉਂਦੀ ਹੈ ਵੀ ਇਨਸਾਨੀਅਤ ਦੀ ਗੱਲ ਕਰੋ ਧਰਮਾਂ ਤੋਂ ਵੀ ਉੱਟ ਕੇ ਬਾਕੀ ਚੀਜ਼ਾਂ ਤੋਂ ਵੀ ਉੱਟ ਕੇ ਜਦੋਂ ਤੁਸੀਂ ਇਨਸਾਨੀਅਤ ਦੀ ਗੱਲ ਕਰਦੇ ਹੋ ਤਾਂ ਉਹ ਤੁਹਾਡੇ ਦਿਲ ਨੂੰ ਚੁੰੰਦੀ ਹੈ ਹੁਣ ਇਹ ਫਿਲਮ ਤੁਸੀਂ ਦੇਖੋਗੇ ਇਸ ਪੂਰੀ ਫਿਲਮ ਵਿੱਚ ਅਰਦਾਸ ਕਰਾਂ ਦੀ ਤਰ੍ਹਾਂ ਤੁਹਾਨੂੰ ਕਿੰਨਾ ਕੁਝ ਚੰਗਾ ਲੱਗੇਗਾ ਔਰ ਕਿੰਨਾ ਕੁਝ ਐਸਾ ਹੈ ਜੋ ਜੋ ਤੁਹਾਡੀ ਜ਼ਿੰਦਗੀ ਬਦਲ ਦੇਗਾ ਖਾਸ ਕਰ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਸਿੱਖਣ ਲਈ ਇਹਦੇ ਵਿੱਚੋਂ ਬਹੁਤ ਕੁਝ ਮਿਲੇਗਾ ਮੈਂ ਤੁਹਾਡੀ ਤੋਂ ਇਹ ਸਵਾਲ ਕਰਨਾ ਚਾਹੁੰਨਾ ਜੀ ਬਹੁਤ ਸਾਰੇ ਮੇਰੇ ਵੀ ਅਧਿਆਪਕ ਰਹੇ ਆ ਸਾਰੇ ਹੀ ਆਪਣੇ ਅਧਿਆਪਕਾਂ ਤੋਂ ਕੋਈ ਨਾ ਕੋ ਸਿੱਖ ਕੇ ਆਉਂਦੇ ਆ ਸਾਨੂੰ ਇੱਕ ਗੱਲ ਬੜੀ ਦੇਖਣ ਨੂੰ ਸੁਣਨ ਨੂੰ ਮਿਲਦੀ ਰਹੀ ਕਹਿੰਦੇ ਸਭ ਤੋਂ ਵੱਧ ਜੇ ਪੜਿਆ ਜਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੁਨੀਆ ਤੇ ਪੜਿਆ ਜਾ ਰਿਹਾ ਪਰ ਸਭ ਤੋਂ ਘੱਟ ਅਮਲ ਜੇਕਰ ਕੀਤਾ ਜਾ ਰਿਹਾ ਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਹੈ ਤੁਸੀਂ ਇਹ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਪੜਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਨਹੀਂ ਮੈਂ ਬਿਲਕੁਲ ਮੰਨਦਾ ਜੀ ਪੜਨ ਵਾਲਿਆਂ ਦੀ ਗਿਣਤੀ ਤਾਂ ਸੱਚੀ ਬਹੁਤ ਜ਼ਿਆਦਾ ਹੈ ਮੰਨਣ ਵਾਲਿਆਂ ਦੀ ਗਿਣਤੀ ਘੱਟ ਹੈ ਹੂੰ ਅਸੀਂ ਫਿਲਮ ਵੀ ਨਹੀਂ ਕੋਸ਼ਿਸ਼ ਕੀਤੀ ਹੈ ਤੁਸੀਂ ਟੀਜ਼ਰ ਆਪਣੇ ਪ੍ਰੋਮੋ ਦੇਖਿਆ ਹੋਊਗਾ ਗੁਰਪ੍ਰੀਤ ਖੋਗੀ ਇੱਕ ਲਾਈਨ ਬੋਲਦੇ ਨੇ ਕਿ ਅਸੀਂ ਬੜੀਆਂ-ਬੜੀਆਂ ਗੱਡੀਆਂ ਲੈ ਕੇ ਉਹਦੇ ਪਿੱਛੇ ਲਿਖਾ ਲਿਆ اے ਪੀ ਦਾ ਤੇਰੀ ਦਤਾਰ ਜੀ ਪਰ ਜਿਹੜੀ ਉਹ ਤੋਂ ਪਹਿਲਾਂ ਵਾਲੀ ਪੰਕਤੀ ਹੈ ਮਤਲਬ ਅਸੀਂ ਗੁਰਬਾਣੀ ਨੂੰ ਆਪਣੇ ਅਨੁਸਾਰ ਵਰਤਿਆ ਜਿਹੜੀ ਚੀਜ਼ ਸਾਨੂੰ ਫਿੱਟ ਲੱਗਦੀ ਹੈ ਅਸੀਂ ਵਰਤ ਲਈ ਜਿਹੜੀ ਉਹਦੀ ਪਹਿਲਾਂ ਵਾਲੀ ਪੰਕਤੀ ਹੈ ਕਹਤੀ ਹੈ ਦੁੱਖ ਭੂਖ ਸਦਮਾਰ ਉਹ ਨਹੀਂ ਉਹ ਉਹ ਸਾਨੂੰ ਮਾਫਕ ਨਹੀਂ ਹੈਗੀ ਇਸ ਕਰਕੇ ਉਹ ਨਹੀਂ ਅਸੀਂ ਗੱਡੀਆਂ ਪਿਛੇ ਲਿਖੀ ਸੋ ਅਸੀਂ ਗੁਰਬਾਣੀ ਨੂੰ ਜਿਹੜਾ ਮੰਨਣ ਵਾਲਾ ਕਨਸੈਪਟ ਹੈ ਨਾ ਕਿ ਬਾਬੇ ਨਾਨਕ ਨੇ ਜਿਹੜਾ ਸਾਨੂੰ ਇੱਕ ਮਹਾਨ ਫਲਸਫੀ ਦਿੱਤੀ ਹੈ ਇਹ ਕਿ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕੰਮ ਹੈ ਉਹ ਕਿਰਤ ਕਰਨ ਵਾਲਾ ਕਿ ਤੁਸੀਂ ਕਿਰਤ ਕਰਨੇ ਨਾ ਹੱਥਾਂ ਦੇ ਨਾਲ ਤੁਹਾਨੂੰ ਹੱਥ ਕਿਰਤ ਕਰਨੋਂ ਮਿਲਨੇ ਤੁਸੀਂ ਪਹਿਲਾ ਕੰਮ ਕਿਰਤ ਕਰਨਾ ਹੈ ਤੇ ਦੂਜਾ ਕੰਮ ਫਿਰ ਬਾਅਦ ਜਿਹੜਾ ਨਾਮ ਜਿ ਆਪਣਾ ਤੇ ਵੰਡ ਸਕਣਾ ਹੁੰਦਾ ਸੋ ਇਸ ਕਰਕੇ ਅੱਜ ਤੁਸੀਂ ਜਿੰਨੇ ਵੀ ਦੁਨੀਆ ਦੇ ਵਿੱਚ ਮਹਾਪੁਰਸ਼ ਨੇ ਜਿਹੜੇ ਆਪੋ ਬਣੇ ਨੇ ਜਿਹੜੇ ਸੱਚਾਈ ਤੋਂ ਭੱਜਣ ਵਾਲੇ ਲੋਕ ਨੇ ਉਹਨਾਂ ਲੋਕਾਂ ਨੇ ਕਦੇ ਵੀ ਕਿਸੇ ਨੂੰ ਨਹੀਂ ਕਿਹਾ ਕਿ ਕਿਰਤ ਕਰਨ ਚਾਹੀਦਾ ਪਹਿਲਾ ਕੰਮ ਹੈ ਉਹ ਨਾਮ ਜਪਣ ਨੂੰ ਕਹ ਦੇਣਗੇ ਬੰਦ ਛਕਣ ਨੂੰ ਵੀ ਕਹ ਦੇਣਗੇ ਪਰ ਉਹ ਕਿਰਤ ਕਰਨ ਨੂੰ ਤਰਜੀਹ ਨਹੀਂ ਦਿੰਦੇ ਹੈਗੇ ਸੋ ਜਿਹੜੀ ਸਾਡੀ ਫਿਲਮ ਹੈ ਉਹ ਇਹ ਕਨਸੈਪਟ ਹੈ ਇਹ ਇਸ ਗੱਲ ਦੀ ਹਮ ਹੀ ਭੜਦੀ ਹੈ ਕਿ ਜ਼ਿੰਦਗੀ ਜੇ ਤੁਹਾਨੂੰ ਮਿਲੀ ਹੈ ਨਾ ਜਿਉਣ ਲਈ ਮਿਲੀ ਹੈ ਜਿਹੜੇ ਅੱਜ ਦੇ ਪਲ ਨੇ ਉਹਨਾਂ ਨੂੰ ਹਣਾਉਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਨਹੀਂ ਹੈਗੀਆਂ ਜਿਹੜੀਆਂ ਚੀਜ਼ਾਂ ਥੋੜੀ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਪਿੱਛੇ ਦੁਖੀ ਨਹੀਂ ਹੋਣਾ ਸੋ ਉਹਨਾਂ ਪਿੱਛੇ ਦੁਖੀ ਹੋਣ ਦੇ ਬਜਾਏ ਤੁਸੀਂ ਅੱਜ ਦੇ ਪਲ ਨੂੰ ਮਾਣੋ ਜਿਹੜੀਆਂ ਚੀਜ਼ ਸਾਡੇ ਕੋਲ ਹੈ ਉਹਨੂੰ ਮਹਿਸੂਸ ਕਰੋ ਜੀ ਤੁਸੀਂ ਗੁਰਬਾਣੀ ਦੀ ਅਹਿਮਤ ਦੀ ਗੱਲ ਕੀਤੀ ਹੈ ਬਹੁਤ ਸਾਰੇ ਪ੍ਰਚਾਰਕ ਨੇ ਆਪਣੀ ਆਪਣੀ ਥਾਂ ਤੇ ਸਾਰੇ ਚੰਗਾ ਕਰਦੇ ਆ ਪਰ ਜਦੋਂ ਬਾਬਿਆਂ ਸਾਡੇ ਨੇ ਖੇਤੀ ਵੀ ਕੀਤੀ ਹੈ ਕਿਰਤ ਵੀ ਕੀਤੀ ਹੈ ਤੁਹਾਡੇ ਸ਼ਬਦਾਂ ਚੋਂ ਮੈਂ ਕਹਿੰਦਾ ਅੱਜ ਕੱਲ ਦੇ ਬਹੁਤੇ ਪ੍ਰਚਾਰਕ ਤਾਂ ਕੁੜਤੇ ਦੀ ਕਰੀਜ ਤੱਕ ਨਹੀਂ ਟੁੱਟਣ ਦਿੰਦੇ ਪਰ ਜਦੋਂ ਕੋਈ ਕਲਾਕਾਰ ਗੱਲ ਕਰਦਾ ਹੈ ਉਹਦੀ ਅਹਿਮਤ ਫਿਰ ਵੱਜ ਜਾਂਦੀ ਹੈ ਕਿ ਜਿਹੜਾ ਕੰਮ ਪ੍ਰਚਾਰਕਾਂ ਨੇ ਪਹਿਲਾਂ ਕਰਨਾ ਹੁਣ ਕਲਾਕਾਰ ਵੀ ਕਰ ਅਨੇਕੋ ਹਰ ਬੰਦੇ ਨੇ ਨਾ ਆਪਣਾ ਕੰਮ ਕਰਨਾ ਹੁੰਦਾ ਮੈਂ ਤੁਹਾਨੂੰ ਗੱਲ ਦੱਸਾਂ ਪ੍ਰਚਾਰਕ ਦਾ ਕੰਮ ਹੈ ਪ੍ਰਚਾਰ ਕਰਨਾ ਉਹ ਜੇ ਉਹ ਸਹੀ ਪ੍ਰਚਾਰ ਨਹੀਂ ਕਰਦਾ ਤਾਂ ਉਹਦੇ ਲਈ ਬਹੁਤ ਮਾੜੀ ਗੱਲ ਹੈ ਤਾਂ ਉਹਨੂੰ ਪ੍ਰਚਾਰਕ ਹੋਣ ਦਾ ਕੋਈ ਹੱਕ ਨਹੀਂ ਜੇ ਪੁਲਿਸ ਵਾਲੇ ਨੇ ਬਰਦੀ ਪਾ ਲਈ ਚੌਂਕ 'ਚ ਖੜ ਗਿਆ ਹੋ ਜੇ ਫਿਰ ਵੀ ਡਿਊਟੀ ਨਹੀਂ ਕਰਦਾ ਫਿਰ ਮਾੜੀ ਗੱਲ ਹੈ ਫਿਰ ਇਹਦੇ ਨਾਲ ਦੀ ਬਰਦੀ ਨਹੀਂ ਪਾਉਂਦਾ ਇਹਦੇ ਨਾਲ ਉਹ ਘਰ ਹੀ ਨਾ ਆਉਂਦਾ ਸੋ ਇਸ ਕਰਕੇ ਹਰ ਬੰਦੇ ਨੇ ਆਪਣਾ ਕੰਮ ਕਰਨਾ ਹੁੰਦਾ ਤੁਸੀਂ ਦੇਖਿਆ ਹੋਊਗਾ ਦੇਸ਼ ਦੇ ਵਿੱਚ ਕਈ ਵਾਰ ਆ ਸਾਡੀ ਸਰਹੱਦਿਆ ਸਰਾਦੀ ਸਟੇਟ ਹੈ ਸਾਡਾ ਜਿਹੜੀ ਨਾਲ ਬਾਰਡਰ ਲੱਗਦਾ ਹੈ ਕਈ ਵਾਰ ਉੱਥੇ ਤੇ ਕੋਈ ਨਾ ਕੋਈ ਗਲਬੜ ਹੋ ਜਾਂਦੀ ਹੈ ਤਣਾਅ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਸਾਡੀ ਫੇਸਬੁੱਕ ਉੱਤੇ ਆ ਜਾਂਦਾ ਹੈ ਵੀ ਫਲਾਣਾ ਕਲਾਕਾਰ ਫੌਜੀ ਬਣਿਆ ਸੀ ਫਿਲਮ ਚ ਫਲਾਣੇ ਕਲਾਕਾਰ ਨੇ ਫਲਾਣੇ ਗੀਤ ਦੇ ਵਿੱਚ ਰਫਲ ਚੱਕੀ ਸੀ ਹੁਣ ਉਹ ਬਾਰਡਰ ਤੇ ਜਾਵੇ ਯਾਰ ਇਹ ਕਲਾਕਾਰਾਂ ਦਾ ਕੰਮ ਲੜਨਾ ਕਲਾਕਾਰਾਂ ਦਾ ਕੰਮ ਤਾਂ ਮੋਟੀਵੇਟ ਕਰਨਾ ਹੁੰਦਾ ਹੈ ਕਿਸਾਨ ਦਾ ਕੰਮ ਤਾਂ ਫਸਲ ਬੀਜਣਾ ਹੈ ਫੋਸ ਕਰਕੇ ਕਲਾਕਾਰ ਆਪਣਾ ਕੰਮ ਕਰ ਰਹੇ ਆਪਣੀ ਕਲਾ ਰਹੀ ਕਰ ਰਹੇ ਇੱਕ ਪੱਤਰਕਾਰ ਆਪਣੀ ਪੱਤਰਕਾਰਤਾ ਰਹੀ ਕੰਮ ਕਰ ਰਹੇ ਗਲਤ ਹੈ ਕਿ ਜਦੋਂ ਅਸੀਂ ਆਪੋ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਆ ਤਾਂ ਸਾਨੂੰ ਉਸ ਕੰਮ ਚੋਂ ਆਨੰਦ ਵੀ ਆਉਂਦਾ ਹੈ ਅੱਜ ਤੁਸੀਂ ਪੱਤਰਕਾਰਤਾ ਕਰ ਰਹੇ ਹੋ ਤੁਸੀਂ ਕਿਸੇ ਗਲਤ ਬੰਦੇ ਨੂੰ ਪ੍ਰਮੋਟ ਕਰਕੇ ਵੀ ਪੈਸੇ ਕਮਾ ਸਕਦੇ ਹੋ ਪਰ ਜੇ ਤੁਸੀਂ ਆਪਣਾ ਸਹੀ ਕੰਮ ਕਰਦੇ ਹੋਏ ਕੋਈ ਚੰਗੀ ਚੀਜ਼ ਦੀ ਪ੍ਰੋਮੋਸ਼ਨ ਕਰਦੇ ਹੋ ਉਸ ਚੀਜ਼ ਦੀ ਪ੍ਰੋਮੋਸ਼ਨ ਕਰਦੇ ਹੋ ਜਿਹੜੀ ਨੌਜਵਾਨਾਂ ਨੂੰ ਮੋਟੀਵੇਸ਼ਨ ਦੇ ਕੰਮ ਕਰਦੀ ਏ ਜਿਹੜੀ ਸਾਡੇ ਸਮਾਜ ਨੂੰ ਚੰਗੇ ਪਾਸੇ ਲਾਉਂਦੀ ਏ ਤਾਂ ਤੁਹਾਨੂੰ ਮਨ ਨੂੰ ਸਕੂਨ ਵੀ ਮਿਲਦਾ ਹੈ ਮੈਂ ਜ਼ਿੰਦਗੀ ਕੋਈ ਚੰਗਾ ਕੀਤਾ ਯਾਰ ਮੈਂ ਆਪਣੇ ਕੰਮ ਨਾਲ ਇਨਸਾਫ ਕੀਤਾ ਉਹੀ ਗੱਲ ਸਾਡੀ ਹੈ ਜਦੋਂ ਅਸੀਂ ਇਹੋ ਜਿਹੀ ਫਿਲਮ ਕਰਦੇ ਆ ਸਾਨੂੰ ਲੱਗਦਾ ਹੈ ਕਿ ਜੇ ਸਾਨੂੰ ਕੁਦਰਤ ਨੇ ਕਲਾ ਬਖਸ਼ੀ ਹੈ ਤਾਂ ਅਸੀਂ ਉਸ ਕਲਾ ਦੇ ਨਾਲ ਕੋਈ ਚੰਗਾ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕੋਈ ਸੋਹਣਾ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਕੋਈ ਸਮਾਜ ਦੇ ਵਿੱਚ ਚੰਗੀਆਂ ਚੀਜ਼ਾਂ ਦਾ ਵਾਅਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਕਰਕੇ ਸ ਕਿ ਸਾਡੀ ਕਲਾ ਕਿਸੇ ਲੇਖੇ ਲੱਗੀ ਹੈ ਸੋ ਇਸ ਕਰਕੇ ਹਰ ਬੰਦੇ ਦਾ ਆਪਣਾ ਕੰਮ ਹੈ ਮਾਨਦਗੀ ਨਾਲ ਕਰਨਾ ਚਾਹੀਦਾ ਹੈ ਪ੍ਰਚਾਰਕ ਦਾ ਕੰਮ ਪ੍ਰਚਾਰ ਕਰਨਾ ਚਾਹੀਦਾ ਇਹ ਨਹੀਂ ਹੁੰਦਾ ਵੀ ਜਿਵੇਂ ਪ੍ਰਚਾਰਕ ਨੇ ਉਹ ਕੰਮ ਕਰ ਰਹੇ ਨੇ ਹੁਣ ਕਲਾਕਾਰ ਵੀ ਉਹੀ ਕੰਮ ਕਰਨ ਲੱਗੇ ਨਹੀਂ ਇਹਦੇ ਵਿੱਚ ਬਹੁਤ ਫਰਕ ਹੈ ਜਿਹੜੇ ਪ੍ਰਚਾਰਕ ਨੇ ਉਹ ਸਿਰਫ ਧਰਮ ਪ੍ਰਚਾਰ ਕਰਨਗੇ ਜਿਹੜੇ ਕਲਾਕਾਰ ਨੇ ਉਹ ਐਹੀ ਜੀਆਂ ਫਿਲਮਾਂ ਬਣਾਉਣਗੇ ਕਿ ਜਿਨ੍ਹਾਂ ਨਾਲ ਲੋਕਾਂ ਨੂੰ ਜਾਗਰੂਕ ਹੋਣ ਤੇ ਮੋਟੀਵੇਸ਼ਨਲ ਉਹ ਚੀਜ਼ਾਂ ਬਣ ਕਿਉਂਕਿ ਜਿਸ ਤਰ੍ਹਾਂ ਅਰਦਾਸ ਕਰਾਂ ਸੀ ਉਹਨੂੰ ਦੇਖ ਕੇ ਕਿੰਨੇ ਲੋਕਾਂ ਦਾ ਜੀਵਨ ਬਦਲਿਆ ਸਾਡਾ ਖੁਦ ਦਾ ਬਦਲਿਆ ਵੀ ਜ਼ਿੰਦਗੀ ਇਸ ਤਰ੍ਹਾਂ ਨਹੀਂ ਜੀਣ ਲਈ ਹੁੰਦੀ ਹੈ ਵੀ ਜ਼ਿੰਦਗੀ ਚ ਇਹ ਨਹੀਂ ਕਿ ਸੁਈਸਾਈਡ ਕੋਈ ਬੰਦਾ ਕਰ ਰਿਹਾ ਹੈ ਉਹਦੇ ਕਿੰਨੀ ਖੂਬਸੂਰਤ ਗੱਲ ਸੀ ਕਿ ਇੱਕ ਬੰਦੇ ਨੂੰ ਪਤਾ ਮੇਰੇ ਕੋਲ ਥੋੜਾ ਜਿਹਾ ਜੀਵਨ ਹੈ ਮੈਂ ਇਸ ਦੁਨੀਆ ਤੋਂ ਚਲਾ ਜਾਣਾ ਫੇਰ ਵੀ ਉਹ ਸਾਡੇ ਵਰਗੇ ਤਿੰਨ ਬਜ਼ੁਰਗਾਂ ਨੂੰ ਜੀਣਾ ਸਿਖਾ ਗਿਆ ਤੇ ਫਿਲਮ ਕਿੰਨੇ ਲੋਕਾਂ ਨੂੰ ਜੀਣਾ ਸਿਖਾ ਰਹੀ ਸੀ ਹੁਣ ਉਹ ਕੰਮ ਪ੍ਰਚਾਰਕ ਨਹੀਂ ਕਰ ਸਕਦੇ ਉਹ ਸਿਰਫ ਕਲਾਕਾਰ ਉਹ ਸਬਜੈਕਟ ਨਾਲ ਹੀ ਕਰ ਸਕਦਾ ਹੈ ਨਹੀਂ ਇਹ ਫਿਲਮ ਮਤਲਬ ਕਿਸੇ ਧਰਮ ਦੀ ਗੱਲ ਨਹੀਂ ਕਰਦੀ ਇਹ ਤਾਂ ਜ਼ਿੰਦਗੀ ਦੀ ਜਿਹੜੀ ਫਲਸਫੀ ਹੈ ਉਹਦੀ ਗੱਲ ਕਰਦੀ ਹੈ ਇਨਸਾਨੀਅਤ ਦੇ ਧਰਮ ਦੀ ਗੱਲ ਕਰਦੀ ਹੈ ਇਹ ਤਾਂ ਜ਼ਿੰਦਗੀ ਜਿੰਦਾਬਾਦ ਦਾ ਨਾਰਦ ਹੁੰਦੀ ਹੈ ਇਹ ਕਹਿੰਦੀ ਹੈ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ ਉਹ ਤੁਹਾਨੂੰ ਸਿਖਾਉਂਦੀ ਹੈ ਫਿਲਮ ਇਹ ਕਿਸੇ ਇੱਕ ਫਿਰਕੇ ਇੱਕ ਧਾਰਮਿਕ ਜਾਤ ਦੀ ਗੱਲ ਨਹੀਂ ਕਰਦੀ ਇਹ ਫਿਲਮ ਟੋਟਲ ਲੋਕਾਈ ਦੀ ਗੱਲ ਕਰਦੀ ਹੈ ਚੌਂ ਬਰਨਾ ਨੂੰ ਜਿਵੇਂ ਉਪਦੇਸ਼ ਸੰਝ ਵਾਲੀ ਗੱਲ ਹੈ ਇਹ ਸਾਰਿਆਂ ਲਈ ਚਾਹੇ ਹਿੰਦੂ ਮੁਸਲਮ ਸਿੱਖ ਜੋ ਮਰਜੀ ਹੈ ਇਹ ਸਾਰਿਆਂ ਲਈ ਉਪਦੇਸ਼ ਹੈ ਇਨਸਾਨੀਅਤ ਦਾ ਉਪਦੇਸ਼ ਦੀ ਗੱਲ ਕਰਦੀ ਹੈ ਫਿਲਮ ਦੀ ਖੂਬਸੂਰਤੀ ਹੈ ਕਿ ਫਿਲਮ ਨੂੰ ਪਸੰਦ ਵੀ ਬਹੁਤ ਥਾਵਾਂ ਤੇ ਦੁਨੀਆ ਪੱਧਰ ਤੇ ਕੀਤਾ ਗਿਆ ਸੋਈ ਸਾਹਿਬ ਜਦੋਂ ਜਦੋਂ ਕਿਤੇ ਧਰਮ ਦੀ ਸਿਆਸਤ ਦੀ ਗੱਲ ਆਉਂਦੀ ਹੈ ਉਦੋਂ ਨਾ ਕਲਾਕਾਰਾਂ ਦੇ ਉੱਤੇ ਜ਼ਿੰਮੇਵਾਰੀਆਂ ਪਾ ਦਿੱਤੀ ਜਾਂਦੀ ਹੈ ਕਿ ਹੁਣ ਸਾਰੀ ਧਰਤੀ ਦਾ ਭਾਰ ਕਲਾਕਾਰ ਚੁੱਕਣਗੇ ਕਦੇ ਮਹਿਸੂਸ ਹੋਇਆ ਕਿ ਜਿਹੜਾ ਦਬਾਅ ਕਲਾਕਾਰਾਂ ਤੇ ਬਣਾਇਆ ਜਾਂਦਾ ਹੈ ਅਦਾਕਾਰਾਂ ਤੇ ਉਹ ਦਬਾਅ ਨੂੰ ਮਹਿਸੂਸ ਕੀਤਾ ਕਦੇ ਤੁਸੀਂ ਉਹ ਕਈ ਵਾਰੀ ਤਾਂ ਨੋਇੰਗਲੀ ਕੀਤਾ ਜਾਂਦਾ ਹੈ ਤੁਸੀਂ ਮਾਈਕ ਲਈ ਬੈਠੇ ਹੋ ਮਾਈਕ ਮੂੰਹ ਚ ਦੇ ਕੇ ਉਹ ਮੂੰਹ ਚੋਂ ਇੱਕ ਦੀ ਗੱਲ ਇਹ ਜੀ ਕਢਾਉਣੀ ਹੈ ਜਿਹੜੀ ਵਾਇਰਲ ਹੋ ਜੇ ਉਹ ਬਸ ਉਹ ਉਹ ਕਲਾਕਾਰ ਫਸ ਜਾਂਦਾ ਉਹਦੇ ਚ ਸਾਡੇ ਨਾਲ ਸਾਡੇ ਨਾਲ ਹੁੰਦਾ ਤੁਹਾਨੂੰ ਕਿਸੇ ਨੇ ਵਸਾਇਆਵੇਂ ਉਹ ਆ ਹੁਣੇ ਰੌਣੀ ਸਾਹਿਬ ਨੇ ਬਾਹਰ ਲਿਆਂਦਾ ਜੀ ਮੈਨੂੰ ਉਹਦੇ ਤੋਂ ਅੱਛਾ ਫਿਲਮ ਫਿਲਮ ਚ ਇਹੋ ਜਿਹਾ ਕੁਝ ਬੋਲਿਆ ਜੀ ਮਤਲਬ ਜਿਹੜਾ ਅਸੀਂ ਜ਼ਿੰਦਗੀ ਚ ਬਚਪਨ ਤੋਂ ਲੈ ਕੇ ਸਾਡੇ ਬਲੱਡ ਚ ਉਹੀ ਉਹ ਗੱਲਾਂ ਜਿਹੜੀਆਂ ਅਸੀਂ ਕਰਦੇ ਹੁੰਦੇ ਸੀਗੇ ਉਹੀ ਗੱਲ ਤੇ ਇਤਰਾਖ ਖੜਾ ਹੋ ਗਿਆ ਸੀਗਾ ਤੋ ਮਤਲਬ ਜਿਹੜਾ ਇੰਨਾ ਕੁਝ ਚੰਗਾ ਕੀਤਾ ਹੁੰਦਾ ਉਹ ਭੁੱਲ ਜਾਂਦੇ ਲੋਕ ਪਾਣੀ ਫੇਰਦਾ ਉਹਦੇ ਸਾਰੇ ਤੇ ਮੈਨੂੰ ਬੰਦਾ ਪੁੱਛ ਰਿਹਾ ਉਹ ਤੇਰੀ ਔਕਾਤ ਕੀ ਹੈ ਹੂੰ ਉਹ ਮੈਂ ਕਿਹਾ ਯਾਰ ਮੈਂ ਕਿ ਕਿੱਡਾ ਗੁਨਾਹ ਹੋ ਗਿਆ ਮੇਰੇ ਕੋਲ ਜਿਹੜਾ ਉਹ ਅਣਪਛਾਤਾ ਜਿਹਾ ਕਾਲ ਲਾਂਦਾ ਤੁਹਾਨੂੰ ਉਹ ਵਾਲੀ ਗੱਲ ਕਰ ਆਈ 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 ਉਹ ਫਿਰ ਅਣਪਛਾਤਾ ਤਾਂ ਦੱਸਦਾ ਉਹਨੇ ਮੈਂ ਫਲਾਣੀ ਥਾਂ ਮੈਂ ਪ੍ਰਧਾਨ ਆ ਹੂੰ ਉਹ ਵੀ ਦੱਸਦਾ ਹੂੰ ਮੈਂ ਮੈਂ ਬੋਲਦਾ ਮੈਂ ਫਲਾਣਾ ਪ੍ਰਧਾਨ ਪ੍ਰਧਾਨ ਆ ਉਹ ਜਦੋਂ ਇੱਕ ਪਾਸੇ ਸਰਦਾਰਤ ਹੋਈ ਇਨੀ ਰਿਸਪੈਕਟ ਹਾਸਲ ਕਰ ਰਿਹਾ ਹੈ ਦੂਜੇ ਪਾਸੇ ਇੱਕ ਬੰਦਾ ਪੈਂਦੀ ਸੱਟੇ ਮੈਨੂੰ ਮੇਰੀ ਔਕਾਤ ਦਿਖਾਉਂਦਾ ਹੈ ਤੋ ਉੱਥੇ ਫਿਰ ਹਰਟ ਅੰਦਰੋਂ ਵੀ ਲੱਖ ਲਾਣ ਤਾਂ ਮੈਂ ਕਿਉਂ ਇਹ ਪ੍ਰੋਫੈਸ਼ਨ ਚ ਆ ਗਿਆ ਯਾਰ ਐਂ ਲੱਗਦਾ ਵੀ ਮੇਰੇ ਕੋਲੋਂ ਗੁਨਾਹ ਹੋ ਗਿਆ ਇਹ ਪ੍ਰੋਫੈਸ਼ਨ ਚ ਆ ਕੇ ਪਰ ਤੁਹਾਨੂੰ ਜਿੱਥੇ ਇੱਕ ਅੱਧੇ ਬੰਦੇ ਐਸੇ ਮਿਲਦੇ ਆ ਹੱਲਾਸ਼ੇਰੀ ਦੇਣ ਵਾਲੇ ਵੀ ਬਹੁਤ ਨੇ ਬਹੁਤ ਜ਼ਿਆਦਾ ਨੇ ਉਹਨਾਂ ਦੀ ਨਤੀਜਾ ਜ਼ਿਆਦਾ ਹੈ ਹੱਲਾਸ਼ੇਰੀ ਦੇਣ ਵਾਲਿਆਂ ਦੀ ਉਹਨਾਂ ਦੀ ਜੀ ਹਾਂ ਜੇ ਨਾ ਇਹ ਚੱਕਰ ਵੀ ਹੈ ਨਾ ਮੀਡੀਆ ਦੇ ਵਿੱਚ ਕੁਝ ਲੋਕ ਤਾਂ ਐਸੇ ਨੇ ਜਿਨ੍ਹਾਂ ਨੇ ਸਿਰਫ ਉਹ ਹੀ ਕੰਮ ਕਰਨਾ ਹੈ ਇਹ ਕੋਈ ਚੰਗਾ ਕੰਮ ਕਰਦਾ ਕਮਾਲ ਹੈ ਜੀ ਇਹ ਬੰਦਾ ਕਮਾਲ ਹੈ ਅਸੀਂ ਦੇਖਿਆ ਇਹ ਮਾੜੀ ਜੀ ਕਿਤੇ ਗਲਤੀ ਹੋ ਜੇ ਯਾਰ ਐਦੂ ਘਟੀਆਂ ਬੰਦਾ ਕੋਈ ਨਹੀਂ ਹੈ ਇਹਨੂੰ ਤਾਂ ਗੱਲ ਕਰਨ ਦੀ ਅਕਲ ਨਹੀਂ ਇਹ ਕਿਵੇਂ ਦੀ ਗੱਲਾਂ ਬੋਲਦਾ ਯਾਨੀ ਸਾਰੇ ਬੰਦੇ ਚੇਂਜ ਹੋ ਜਾਣਗੇ 1 ਸੈਕਿੰਡ ਚ ਆਨ ਆਫ ਬਟਨ ਉਧਰ ਹੋ ਜਾਣਗੇ ਤੁਸੀਂ ਤੇ ਜ਼ਿੰਦਗੀ ਦਾ ਲੰਮਾ ਅਰਸਾ ਦੇਖਿਆ ਕਦੋਂ ਦਾ ਤੁਹਾਨੂੰ ਲੱਗਿਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਪਹਿਲਾਂ ਨਹੀਂ ਸੀ ਜਦੋਂ ਦਾ ਇਹ ਨਾ ਸਾਡੇ ਕੋਲ ਸੋਸ਼ਲ ਮੀਡੀਆ ਆਇਆ ਨਾ ਸਾਨੂੰ ਲੱਗਦਾ ਕਿ ਹੁਣ ਤਰੱਕੀ ਬਹੁਤ ਸੌਖੀ ਹੋ ਗਈ ਹੁਣ ਹਰ ਬੰਦਾ ਕਹਿੰਦਾ ਸੋਈ ਸਾਹਿਬ ਦੀ ਗੱਲ ਕਰੀਏ ਆਪਾਂ ਸੋਈ ਸਾਹਿਬ ਕਹਿੰਦੇ ਮੈਂਨੇ ਸਾਲ ਥੀਏਟਰ ਕੀਤਾ ਮੈਂ ਆਹ ਮਿਹਨਤ ਕੀਤੀ ਰਾਣਾ ਜੀ ਕਹਿੰਦੇ ਜੀ ਮੈਂ ਵੀ ਥੀਏਟਰ ਕੀਤਾ ਮੈਂ ਪੜਿਆ ਮੈਂ ਆਹ ਕੀਤਾ ਹਰ ਬੰਦਾ ਇਹ ਕਹਿੰਦਾ گاਉਂ ਵਾਲਾ ਬੰਦਾ ਕਹਿੰਦਾ ਮੈਂਨੇ ਸਾਲ ਸਟਰਗਲ ਕੀਤੀ ਮੈਂ ਤਾਂ ਇੱਥੇ ਮਕਾਮ ਤੇ ਪਹੁੰਚਿਆ ਹੁਣ ਬੰਦਾ ਕਹਿੰਦਾ ਯਾਰ ਇਹ ਤੁਸੀਂ ਕਿਹੜੇ ਜਮਨ ਦੇ ਬੰਦੇ ਹੋ ਹੁਣ ਤਾਂ ਕਰਨ ਦੀ ਲੋੜ ਨਹੀਂ ਸੋਸ਼ਲ ਮੀਡੀਆ ਤੇ ਇੱਕ ਗੱਲ ਐਸੀ ਪਾਉਣੀ ਐਸੀ ਗੱਲ ਫਲਾਉਣੀ ਐ ਤੁਸੀਂ ਓਵਰਨਾਈਟ ਸਟਾਰ ਹੋਨੇ ਹੋ ਤਾਂ ਮੈਂ ਦੱਸ ਦਿਆਂ ਗੱਲ ਇੱਕ ਬੰਦੇ ਦੀ ਵੀਡੀਓ ਆਡੀਓ ਕਾਲ ਵਾਇਰਲ ਹੋ ਗਈ ਇੱਕ ਬੰਦੇ ਦੀ ਆਡੀਓ ਕਾਲ ਵੈਲ ਹੋਈ ਕੀ ਬੈਰਲ ਹੋਈ ਕਿਸੇ ਅਦਰ ਲੇਡੀ ਨਾਲ ਉਹ ਗੱਲਾਂ ਕਰ ਰਿਹਾ ਹੈ। ਮਤਲਬ ਕਿਸੇ ਦੀ ਵਾਈਫ ਨਾਲ ਗਲਤ ਗੱਲਾਂ ਕਰ ਰਿਹਾ ਹੈ ਤੇ ਦੂਜੇ ਦਿਨ ਉਹ ਬੰਦਾ ਸਟਾਰ ਬਣ ਜਾਂਦਾ ਹੈ। ਮਤਲਬ ਦੇਖੋ ਕਿੰਨਾ بڑا ਸਰਟੀਫਿਕੇਟ ਹੈ। ਅੱਜ ਤੁਸੀਂ ਕੋਈ ਗਲਤ ਕੰਮ ਕਰ ਲਓ, ਸੋਸ਼ਲ ਮੀਡੀਆ ਤੇ ਉਹਨੂੰ ਪ੍ਰਚਾਰ ਦਿਓ। ਤੁਸੀਂ ਨੰਗੇ ਹੋ ਕੇ ਨੱਚਣ ਲੱਗੋ ਸੋਸ਼ਲ ਮੀਡੀਆ ਤੇ ਤੁਸੀਂ ਕੱਲ੍ਹ ਨੂੰ ਸਟਾਰ ਹੋ। ਤੇ ਉਹ ਲੋਕ ਲੋਕ ਤੁਹਾਨੂੰ ਫੌਰਨ ਕੰਟਰੀ ਚ ਬੁਲਾਉਂਦੇ ਨੇ। ਲੋਕ ਤੁਹਾਡੇ ਸ਼ੋਅ ਲਾਉਂਦੇ ਨੇ। ਲੋਕ ਤੁਹਾ ਤੋਂ ਉਦਘਾਟਨ ਕਰਾਉਂਦੇ ਨੇ। ਮਾਦੂ ਦੀ ਉਹਦੀ ਕੰਟਰੀਬਿਊਸ਼ਨ ਕੀ ਹੈ ਯਾਰ ਨਾਮ ਹੋਣਗੇ ਪਰ ਨਾਮ ਨਾ ਹੋਣਾ ਮੈਂ ਨਾ ਕੁਸ਼ਰਨ ਭਾਜੀ ਦੇ ਨਾਲ ਮੈਂ ਥੀਏਟਰ ਕਰਦਾ ਰਿਹਾ ਮੰਨਾ ਸਿੰਘ ਦੇ ਨਾਲ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਲੁਧਿਆਣੇ ਅਸੀਂ ਲੰਗ ਰਹੇ ਸੀਗੇ ਲੁਧਿਆਣੇ ਜਿਹੜਾ ਭਗਤ ਸਿੰਘ ਵਾਲਾ ਚੌਕ ਹੈ ਨਾ ਭਗਤ ਸਿੰਘ ਰਾਜਗੁਰੂ ਸਖਦੇਵ ਦਾ ਚੌਕ ਹੈ ਉਹ ਚੌਕ ਦੇ ਅਗਲੇ ਵਾਲੇ ਫਲੈਕਸਾਂ ਲੱਗੀਆਂ ਹੋਈਆਂ ਹਰੇਕ ਫਲੈਕਸ ਦੇ ਉੱਤੇ 10 10 15 15 ਬੰਦੇ ਹੱਥ ਬੰਨੀ ਵੀ ਥੋੜਾ ਸਵਾਗਤ ਕਰਦੇ ਆ ਫਲਾਣਾ ਦਿਨ ਦੀ ਤੁਹਾਨੂੰ ਬਾਬਾ ਮੁਬਾਰਕਾਂ ਆਏ ਭਰਿਆ ਪਿਆ ਫਲੈਕਸਾਂ ਚਾਰੇ ਪਾਸਿਓ ਸਾਨੂੰ ਭਾਜੀ ਕਹਿੰਦੇ ਰੋਕੋ ਅਸੀਂ ਫਰੋਜਪਾ ਚੱ ਗੱਡੀ ਰੋਕ ਕੇ ਜੀ ਆਪ ਉਹ ਜਿਹੜਾ ਜਿੱਥੇ ਬੁੱਤ ਬਣਿਆ ਸੀ ਉਹ ਸਾਡੇ ਤੇ ਚੜ ਗਏ ਜੀ ਸਾਨੂੰ ਕਹਿੰਦੇ ਥੱਲੇ ਆ ਕੇ ਬੈਠੋ ਸਰਕ ਤੇ ਅਸੀਂ ਬੈ ਕੇ ਗੱਡੀ ਉਤਰ ਗਏ ਅਸੀਂ ਕੀ ਹੋ ਗਿਆ ਜੀ ਉਹਨਾਂ ਲੈਕਚਰ ਦੇ ਨਾਲ ਸ਼ੁਰੂ ਕੀਤਾ ਕਹਿੰਦੇ ਭਗਤ ਸਿੰਘ ਰਾਜਗੁਰੂ ਦਾ ਸਕਦੇ ਬੁੱਤ ਦਾ ਤਾਂ ਲੱਗਿਆ ਇਹਨਾਂ ਨੇ ਕੁਝ ਸਾਡੇ ਲਈ ਕੀਤਾ ਹੈ ਇਹਨਾਂ ਨੇ ਕੁਝ ਦੁਨੀਆ ਦੀ ਲੋਕਾਂ ਲਈ ਕੀਤਾ ਹੈ ਗਾਂਧੀ ਜੀ ਦਾ ਬੁੱਤਾਂ ਲੱਗਦਾ ਗਾਂਧੀ ਜੀ ਨੇ ਕੁਝ ਕੀਤਾ ਹੋਊਗਾ ਪੰਡਤ ਜੋਹਾਰ ਲਾਲ ਨੇ ਕੁਝ ਕੀਤਾ ਹੋਊਗਾ ਸੁਭਾਸ਼ ਚੰਦਰ ਪੋਸ਼ ਨੇ ਕੋਈ ਕੀਤਾ ਹੋਊਗਾ ਤਾਂ ਬੁੱਤ ਲੱਗਦੇ ਨੇ ਇਹ ਜਿਹੜੀਆਂ ਆਏ 25 ਬੂਥੀਆਂ ਲੱਗੀਆਂ ਹੋਈਆਂ ਨੇ ਇਹਨੇ ਕੀ ਕੀਤਾ ਉਹ ਨਾਟਕ ਲਿਖਿਆ ਉਹਨਾਂ ਨੇ ਉਹ ਨਾਟਕ ਦਾ ਨਾਮ ਸੀ ਬੂਥੀਆਂ ਅੱਛਾ ਇਹਨਾਂ ਨੇ ਕੀ ਕੀਤਾ ਕਹਿੰਦੇ ਉਹ ਮੈਂ ਉਹੀ ਪੁੱਛਣਾ ਚਾਹੁੰਨਾ ਜਿਨ੍ਹਾਂ ਨੂੰ ਤੁਸੀਂ ਓਵਰਨਾਈਟ 스타 ਬਣਾਤਾ ਉਹ ਵਿਚਾਰੇ ਇਨੋਸੈਂਟ ਲੋਕ ਸੀ ਉਹਨਾਂ ਨੂੰ ਇੱਥੋਂ ਪ੍ਰੋਬਲਮ ਸੀਗੀ ਤੁਸੀਂ ਉਹਨਾਂ ਦੀ ਇਨੋਸੈਂਸ ਨੂੰ ਆਪਣੇ ਤਰੀਕੇ ਨਾਲ ਵਰਤ ਕੇ ਪਿੱਛੇ ਤਾਕਤ ਤਾਂ ਕੋਈ ਹੋਰ ਕੰਮ ਕਰਦੀ ਹੈ ਤੁਸੀਂ ਕਹਿੰਦੇ ਜੀ ਸਾਡੇ 스타 ਇਹ ਨੇ ਫਿਰ ਬੰਦਾ ਅੱਜ ਦੇ ਟਾਈਮ 'ਚ ਮਿਹਨਤ ਕਿਉਂ ਕਰੂਗਾ ਕਿਉਂ ਚੰਗੀ ਫਿਲਮ ਬਣਾਊਗਾ ਕਿਉਂ ਚੰਗਾ 스타 ਬਣੂਗਾ ਕਿਉਂ ਚੰਗਾ ਸਿੰਗਰ ਬਣੂਗਾ ਕਿਉਂ ਚੰਗਾ ਡਾਂਸਰ ਬਣੂਗਾ ਕਿਉਂ ਚੰਗਾ ਰਾਈਟਰ ਬਣੂਗਾ ਅਗਲਾ ਕਹਿੰਦਾ ਮਸ਼ਹੂਰੀ ਤਾਂ ਇਸ ਕੰਮ 'ਚ ਪ ਮੇਰੀ ਕੰਮ ਸ਼ੁਰੂਆਤ ਤੇ ਥੀਏਟਰ ਚ ਹਿੰਦੀ ਦੀ ਚਾਦਰ ਪਲੇ ਤੋਂ ਹੋਈ ਸੀ ਫਿਰ ਚਮਕੌਰ ਦੇ ਗੜੀ ਕੀਤਾ ਹਿੰਦੀ ਦੀ ਚਾਦਰ ਤੇ ਘਟੋ ਘਟ ਲਗਾਤਾਰ ਲਗਾਤਾਰ ਅਸੀਂ 6700 ਸ਼ੋਅ 올ਓਵਰ ਇੰਡੀਆ 6700 ਇਹ ਇੱਕ ਕਲਕੱਤੇ ਗਏ ਪਹਿਲੇ ਦਿਨ ਪਹਿਲੇ ਸ਼ੋਅ ਦੇ ਵਿੱਚ ਲੱਖ ਬੰਦਾ ਸੀ ਲੱਖ ਦੂਜੇ ਦਿਨ 60 ਤੋਂ 70 ਹਜ਼ਾਰ ਦੇ ਬੰਦੇ ਕਿਹੜੇ ਸਾਲ ਦੀ ਗੱਲ ਇਹ 75 ਉੱਥੇ 75 ਦਾ ਅਖੀਰਲਾ ਮਹੀਨਾ ਜਾਂ 76 ਉਹ 75 ਸ਼ੁਰੂ ਹੋਈ ਸੀ ਕਿਉਂਕਿ 1675 ਚ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ 1975 300 ਸਾਲਾ ਮਨਾਇਆ ਸੀ ਉਦੋਂ ਹਾਂ ਜੀ ਤੁਸੀ ਮੈਨੂੰ ਵੀ ਮਾਨ ਮਹਿਸੂਸ ਹੋ ਰਿਹਾ ਕਿ ਇਨੇ ਹੰਡੇ ਹੋਏ ਸਾਰੇ ਅਧਿਕਾਰੋਂ ਅਸੀਂ ਤੇ ਤੁਹਾਡੇ ਜਿੰਨਾ ਤਜਰਬਾ ਉਹਨੀਆਂ ਉਮਰਾਂ ਨੇ ਪਰ ਤੁਹਾਡੇ ਨਾਲ ਗੱਲ ਕਰਕੇ ਇਸ ਕਰਕੇ ਵੀ ਚੰਗਾ ਲੱਗਾ ਦਿਲ ਤੋਂ ਗੱਲਾਂ ਨਿਕਲੀਆਂ ਸਾਰਿਆਂ ਦੀਆਂ ਪਰ ਹੁਣ ਅਰਦਾਸ ਕਰਾਂ ਸਰਬੱਤ ਦੇ ਭਲੇ ਫਿਲਮ ਨੂੰ ਲੈ ਕੇ ਅਸੀਂ ਜਿਹੜੇ ਗੱਲ ਕਰੀਏ ਇਸ ਫਿਲਮ ਦੀ ਕਹਾਣੀ ਨੇ ਸਾਰਿਆਂ ਨੂੰ ਮੋਟੀਵੇਟ ਪਹਿਲਾਂ ਵੀ ਕੀਤਾ ਉਮੀਦ ਕਰਦੇ ਹਾਂ ਹੋਰ ਵੀ ਕਰੇ ਅਖੀਰ ਦੇ ਵਿੱਚ ਇਸ ਫਿਲਮ ਨੂੰ ਸਿਨੇਮਾ ਘਰਾਂ ਤੇ ਲੋਕ ਦੇਖਣ ਜਾਣ ਤੁਹਾਡੀ ਮਾਨ ਦੀ ਰੀਜ਼ ਕੀ ਹੈ ਕੀ ਕਹਿਣਾ ਚਾਹੂੰਗਾ ਹਾਂ ਮੈਂ ਇਹ ਹੈ ਕਿ ਜਿਹੜੀ ਹਣ ਦੀ ਯੂਥ ਹੈ ਜਾਂ ਹੁਣ ਦੇ ਬੱਚੇ ਨੇ ਉਹ ਥੋੜੇ ਜਿਹੜੇ ਥੜਕੇ ਹੋਏ ਨੇ ਜੀ ਉਹਨਾਂ ਨੂੰ ਇਹ ਫਿਲਮ ਦਿਖਾਉਣੀ ਅਸੀਂ ਆਪਣਾ ਫਰਜ਼ ਸਮਝਦੇ ਹਾਂ ਕਿ ਉਹਨਾਂ ਨੂੰ ਕਿਵੇਂ ਅਸੀਂ ਅੰਦਰ ਲੈ ਕੇ ਆਉਨੇ ਆ ਜਾਂ ਮੀਡੀਆ ਸਾਡਾ ਕਿਵੇਂ ਸਾਥ ਦਿੰਦਾ ਇਹ ਉਹ ਬਹੁਤ ਜ਼ਰੂਰੀ ਹੈ ਜੀ ਉਹ ਫਿਲਮ ਦੇਖਣਗੇ ਫਿਲਮ ਦੇਖਣਗੇ ਤੇ ਲਾਤਮੀ ਮਨ ਬਦਲਣਗੇ ਜੀ ਜਿਹੜੇ ਨਸ਼ੇ ਪੱਤੇ ਕਰਦੇ ਆ ਜਿਹੜੇ ਆਪਣੇ ਬਜ਼ੁਰਗਾਂ ਨੂੰ ਬਾਪੂ ਜੀ ਡੇਡੀ ਕਹਿਣੋ ਦੇ ਬਜਾਇ ਬੁੜਾ ਕਹਿ ਕੇ ਬੁਲਾਉਣ ਲੱਗੇ ਉਹ ਵਾਪਸ ਹੋਣਗੇ ਉਹਨਾਂ ਨੂੰ ਅਹਿਸਾਸ ਜਾਗੂਗਾ ਕਿ ਅਸੀਂ ਗਲਤੀ ਕਰ ਰਹੇ ਹਾਂ ਸੋ ਇਹ ਫਿਲਮ ਇਹ ਬਹੁਤ ਵੱਡਾ ਯੋਗਦਾਨ ਦੇ ਕੇ ਜਾਊਗਾ ਇਸ ਕੰਮ ਨੂੰ ਰਿਸਪੈਕਟ ਕਰਨੀ ਕਿਵੇਂ ਚਾਹੀਦੀ ਹੈ ਵੱਡਿਆਂ ਦੀ ਬਜ਼ੁਰਗਾਂ ਦੀ ਜਿਉਣਾ ਕਿਵੇਂ ਚਾਹੀਦਾ ਹੈ ਜ਼ਿੰਦਗੀ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਸੁਸਾਈਸਾਈਡ ਕਰਨੇ ਆ ਕਰਨੇ ਗਲਾ ਚ ਰੱਸੇ ਪਾ ਲੈਣੇ ਫਾਹੇ ਕਰਨੇ ਉਹ ਨਹੀਂ ਪੋਜ਼ਿਟਿਵਿਟੀ ਬਹੁਤ ਹੈ ਫਿਲਮ ਜੀ ਪੋਜ਼ਿਟਿਵਿਟੀ ਮੇਰਾ ਪਹਿਲਾ ਡਾਇਲੌਗ ਇਹ ਕਹਿੰਦਾ ਜੀ ਜਟਰੇ ਪਿੰਡ ਛੱਡਿਆ ਮੜਕ ਨਹੀਂ ਛੱਡੀ ਵਾਹ ਆਹ ਹੋਇਆ ਚਲੋ ਤੁਸੀਂ ਸਾਡੇ ਨਾਲ ਕੀਮਤੀ ਸਮਾਂ ਕੱਢ ਕੇ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ ਤਾਂ ਅਰਦਾਸ ਸਰਬੱਤ ਦੇ ਭਲੇ ਦੀ ਇਸ ਫਿਲਮ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਹੈ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਸਾਰੇ ਅਦਾਕਾਰ ਜਿਹੜੇ ਹੋਰ ਵੀ ਬੜੇ ਹੈਮ ਕਿਰਦਾਰ ਹੈ ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਗੱਲਬਾਤ ਰੂਬਰੂ ਕਰਵਾਈਏ ਔਰ ਸਾਡੀ ਵੀ ਗੁਜਾਰਿਸ਼ ਹੈ ਕਿ 13 ਸਤੰਬਰ ਨੂੰ ਇਹ ਫਿਲਮ ਜਿਹਨੇ ਸਾਨੂੰ ਪਹਿਲਾਂ ਵੀ ਬੜਾ ਕੁਝ ਸਿਖਾਇਆ ਤੇ ਹੁਣ ਵੀ ਆਸ ਕਰਦੇ ਹਾਂ ਕਿ ਚੰਗਾ ਕੰਟੈਂਟ ਚੰਗੀ ਸਮਗਰੀ ਦੇ ਨਾਲ ਫਿਲਮ ਸਾਡੇ ਤੱਕ ਪਹੁੰਚੇਗੀ ਔਰ ਸਿਨੇਮਾ ਘਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਤੁਹਾਨੂੰ ਨਜ਼ਦੀਕ ਪੈਂਦਾ ਤੇ ਜਰੂਰ ਹੈ ਫਿਲਮ ਜਾ ਕੇ ਸਾਨੂੰ ਦੇਖਣੀ ਚਾਹੀਦੀ ਹੈ ਫਿਲਹਾਲ ਇਸ ਮੁਲਾਕਾਤ ਚੈਨਾਈ ਆਪਣੇ ਸਹਿਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ